ਪੁਰਤੋ ਜੋ ਜਿੱਤੇ ਐਮਐਲਏ ਕਾਂਗਰਸ ਦੇ ਆ ਉਹ ਆਪਾਂ ਉਹਨਾਂ ਨਾਲ ਕਰਦੇ ਆ ਗੱਲਬਾਤ ਆ ਆਦਮਪੁਰ ਤੋਂ ਕਾਲੀ ਦਲ ਦੀ ਹੌਟ ਸੀਟ ਮੰਨੀ ਜਾਂਦੀ ਸੀ ਕਿਹੜੇ ਕਾਂਗਰਸ ਨੇ ਇਸ ਵਾਰ ਬਹੁਤ ਜ਼ਬਰਦਸਤ ਮੁਕਾਬਲਾ ਕਰਕੇ ਦੇਖੋ ਇਹ ਲੋਕਾਂ ਦਾ ਮੇਰੇ ਨਾਲ ਪਿਆਰ ਹੈ ਇਹ ਲੋਕਾਂ ਦੀ ਮੁਹੱਬਤ ਹੈ ਕਿ ਉਹਨਾਂ ਨੇ ਮੈਨੂੰ ਪਿਆਰ ਦੇ ਕੇ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਹਰ ਵਿਅਕਤੀ ਦੇ ਆਪਣੇ ਕੰਮ ਕਰਨ ਦਾ ਸਟਾਈਲ ਹੁੰਦਾ ਹੈ ਹਰ ਵਿਅਕਤੀ ਦਾ ਆਪਣਾ ਰੂਜ਼ੇਮਾ ਹੁੰਦਾ ਹੈ ਸੋ ਮੈਂ ਧੰਨਵਾਦ ਕਰਨਾ ਚਾਹੁੰਦਾ ਆਦਮਪੁਰ ਹਲਕੇ ਦੇ ਵੋਟਰਾਂ ਦਾ ਔਰ ਖਾਸ ਕਰਕੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਬਹੁਤ ਵੱਡਾ ਭਰੋਸਾ ਜਤਾਇਆ ਸੀ ਮੈਂ ਉਸ ਭਰੋਸੇ ਦੇ ਅੰਦਰ ਕਾਮਯਾਬ ਹੋਇਆ ਔਰ ਮੈਂ ਪਾਰਟੀ ਦੀਆਂ ਜੋ ਮੇਰੇ ਪ੍ਰਤੀ ਸ਼ਾਮਾ ਨੇ ਜੋ ਪਾਰਟੀ ਮੇਰੇ ਤੋਂ ਚਾਹੁੰਦੀ ਹੈ ਮੈਂ ਉਹਦੇ ਤੇ ਖੜਾ ਉਤਰਾਂਗਾ ਅ ਅਕਾਲੀ ਦਲ ਤਾਂ ਕੀ ਇੱਥੇ ਹੁਣ ਕੋਈ ਜਿਹੜਾ ਆ ਕਾਂਗਰਸ ਪਾਰਟੀ ਹੀ ਹਮੇਸ਼ਾ ਰਹੇਗੀ ਤੁਸੀਂ ਦੇਖੋ ਦੇਖਿਆ ਤੁਸੀਂ ਆਦਮਪੁਰ ਹਲਕੇ ਚ ਪੂਰਾ ਕੁੱਮੇ ਹੋ ਕੀ ਕੀ ਪਹਿਲ ਦੇ ਦਾਰਤੇ ਤੁਸੀਂ ਕੰਮ ਦੇਖੇ ਨੇ ਕਿਹੜੇ ਪਹਿਲ ਦੇ ਦਾਰਤੇ ਤੁਸੀਂ ਕੰਮ ਦੇਖੋ ਸਿੱਖਿਆ ਦੇ ਖੇਤਰ ਨੂੰ ਅੱਗੇ ਲੈ ਕੇ ਜਾਣ ਦੇ ਲਈ ਬਹੁਤ ਜ਼ਰੂਰੀ ਹੈ ਖਾਸ ਕਰਕੇ ਸਿਹਤ ਸੇਵਾਵਾਂ ਦਾ ਕੰਮ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ ਮੈਂ ਚਾਹੁੰਦਾ ਕਿ ਇਲਾਕੇ ਦੇ ਅੰਦਰ ਖਾਸ ਕਰਕੇ ਸਿਹਤ ਸੇਵਾਵਾਂ ਨੂੰ ਜਿਹੜੀ ਹੈ ਉਹ ਪਹਿਲ ਦਿੱਤੀ ਜਾਵੇ ਔਰ ਐਜੂਕੇਸ਼ਨ ਸਿਸਟਮ ਨੂੰ ਸੁਧਾਰਨ ਦੇ ਲਈ ਮੈਂ ਪੰਜਾਬ ਸਰਕਾਰ ਤੱਕ ਵੀ ਆਪਣੇ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਾਵਾਂਗਾ ਔਰ ਆਪਣੇ ਗੱਲ ਮਨਾਉਣ ਦੇ ਲਈ ਕਾਮਯਾਬ ਹੋਵਾਂਗਾ ਇਹ ਇਲਾਕੇ ਦੇ ਅੰਦਰ ਬਹੁਤ ਸਾਰੀ ਡਿਵੈਲਪਮੈਂਟ ਹੋਣ ਵਾਲੀ ਹੈ ਔਰ ਅਸੀਂ ਕਰਾਂਗੇ ਔਰ ਕਰਕੇ ਦਿਖਾਵਾਂਗੇ ਇਹ ਸਭ ਤੋਂ ਜ਼ਿਆਦਾ ਦੇਖਿਆ ਤਹੀ ਮੁੱਦੇ ਚੱਕੇ ਨੇ ਸਕਾਲਰਸ਼ਿਪ ਦੇ ਕੀ ਇਸ ਵਾਰ ਵੀ ਸੁਨਿੰਦਰ ਸਿੰਘ ਟੋਗਲੇ ਆਪਣੇ ਦੇ ਮੁੱਦੇ ਚੱਕੇ ਜਾਣਗੇ ਬਿਲਕੁਲ ਦੇਖੋ ਜਿਹੜੀ ਲੋਕਾਂ ਦੀ ਆਵਾਜ਼ ਹੈ ਜਿਹੜੀ ਲੋਕਾਂ ਦੀ ਜ਼ਰੂਰਤ ਹੈ ਜੇ ਮੈਂ ਵਿਧਾਇਕ ਬਣ ਕੇ ਪੰਜਾਬ ਦੀ ਵਿਧਾਨ ਸਭਾ ਚ ਗਿਆ ਹਾਂ ਤਾਂ ਸਾਨੂੰ ਲੋਕਾਂ ਦੇ ਨਾਲ ਲੋਕ ਹਿੱਤਾਂ ਦੀ ਲੜਾਈ ਹਮੇਸ਼ਾ ਲੜਨੀ ਪੈਗੀ ਲੋਕ ਮੁੱਦੇ ਉਭਾਰਨੇ ਪੈਣਗੇ ਸਰਕਾਰਾਂ ਤੱਕ ਆਪਣੀ ਆਵਾਜ਼ ਜਿਹੜੀ ਆ ਉਹ ਪਹੁੰਚਾਉਣੀ ਪੈਗੀ ਨਹੀਂ ਤਾਂ ਇਹ ਪੰਜਾਬ ਤਬਾਹ ਹੋ ਜਾਏਗਾ ਇਹ ਪੰਜਾਬ ਦੀ ਨੌਜਵਾਨੀ ਨੂੰ ਸਾਹਮਣੇ ਵਾਸਤੇ ਪੰਜਾਬ ਦੇ ਐਜੂਕੇਸ਼ਨ ਔਰ ਖਾਸ ਕਰਕੇ ਸਿੱਖਿਆਵਾਂ ਮਾ ਦੀਆਂ ਚੰਗੀਆਂ ਸਹੂਲਤਾਂ ਦੇ ਵਾਸਤੇ ਮੈਂ ਹਮੇਸ਼ਾ ਤੁਸੀਂ ਦੇਖਿਆ ਮੈਂ ਲੜਾਈ ਲੜਦਾ ਰਿਹਾ ਔਰ ਮੈਂ ਆਉਣ ਵਾਲੇ ਸਮੇਂ ਦੇ ਅੰਦਰ ਵੀ ਦਿਨ ਰਾਤ ਇਹ ਕਰਾਂਗਾ ਜੋ ਲੋਕ ਮੇਰੇ ਤੋਂ ਚਾਹੁੰਦੇ ਨੇ ਮੈਂ ਚਾਹੁੰਦਾ ਕਿ ਉਹਦੇ ਤੋਂ ਵੱਧ ਸਮਾਂ ਦੇ ਕੇ ਲੋਕ ਹਿੱਤਾਂ ਦੀ ਲੜਾਈ ਜਿਹੜੀ ਆ ਉਹ ਮੈਂ ਹਮੇਸ਼ਾ ਆਦਮਪੁਰ ਚ ਲੜਦਾ ਰਵਾਂ ਜੋ ਸ਼੍ਰੋਮਣੀ ਕਾਲੀ ਦਲ ਦੇ ਪਮਨ ਕੁਮਾਰ ਟੀਨੂ ਵੱਲੋਂ ਬਹੁਤ ਕਿਹਾ ਜਾਂਦਾ ਸੀ ਹਾਂ ਵੀ ਆਦਮਪੁਰ ਦੇ ਵਿੱਚ ਬਹੁਤ ਕੰਮ ਕਰਵਾਏ ਗਏ ਨੇ ਸ਼੍ਰੋਮਣੀ ਕਾਲੀ ਦਲ ਵੱਲ ਤੇ ਸਭ ਤੋਂ ਜ਼ਿਆਦਾ ਹੋਟ ਸੀਟ ਮੰਨੀ ਜਾਂਦੀ ਸੀ ਜਿਹੜੇ ਕਾਂਗਰਸ ਨੇ ਗੋਲ ਕਰਕੇ ਕਿਹੜਾ ਹੈ ਕਾਂਗਰਸ ਦੀ ਝੋਲੀ ਦੇ ਵਿੱਚ ਪਾਈ ਕਿਹੜੇ ਕੰਮ ਕੀਤੇ ਟੀਨੂ ਜੀ ਨੇ ਉਹ ਤਾਂ ਖੁਦ ਮੀਡੀਆ ਦੇ ਵਿੱਚ ਕਹਿੰਦਾ ਰਿਹਾ ਕਿ ਮੇਰੇ ਕੋਲ ਤਾਂ ਕੋਈ ਇੱਕ ਨੀਲਾ ਕਾਰਡ ਬਣਾਉਣ ਦੀ ਵੀ ਕੰਦਾ ਪਾਵਰ ਨਹੀਂ ਸੀ ਤਵੇ ਜੇ ਉਹਦੇ ਕੋਲ ਕੋਈ ਪਾਵਰ ਨਹੀਂ ਸੀ ਤਾਂ ਕੀ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਾਂ ਲੋਕ ਮੁੱਦਿਆਂ ਦੀ ਗੱਲ ਸੜਕਾਂ ਦੇ ਉੱਤੇ ਕੀਤੀ ਦੇਖੋ ਇਹ ਕਹਿਣਾ ਕਿ ਮੈਂ ਬਹੁਤ ਕੰਮ ਕਰਵਾਏ ਨੇ ਲੋਕ ਠੀਕ ਹੈ ਜਿਹਨੂੰ ਪਸੰਦ ਕਰਦੇ ਆ ਤਾਂ ਲੋਕ ਫਿਰ ਬਦਲਾਅ ਵੀ ਚਾਹੁੰਦੇ ਆ ਔਰ ਲੋਕਾਂ ਨੇ ਬਦਲਾਅ ਕਰਕੇ ਦਿਖਾਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤੁਹਾਨੂੰ ਨਹੀਂ ਲੱਗਦਾ ਹਾਂ ਵੀ ਜੋ ਕੰਮ ਤੁਸੀਂ ਕਹਿ ਰਹੇ ਹੋ ਵਿਰੋਧੀ ਧਿਰ ਹੈਗੀ ਹੈ ਉਹ ਖੋਏਗੀ ਇਸ ਕੰਮ ਦੇ ਨਹੀਂ ਦੇਖੋ ਮੈਂ ਸਮਝਦਾ ਕਿ ਸਰਕਾਰ ਕੋਈ ਵੀ ਹੋਵੇ ਉਹਦਾ ਮੁਖੀਆ ਕੋਈ ਵੀ ਹੋਵੇ ਇੱਕ ਵਿਧਾਇਕ ਦੀ ਜੋ ਗੱਲਬਾਤ ਹੁੰਦੀ ਹੈ ਜੋ ਵਿਧਾਇਕ ਦੀ ਡਿਊਟੀ ਹੁੰਦੀ ਹੈ ਉਹਨਾਂ ਨੂੰ ਸਰਕਾਰਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਜੇ ਮੈਂ ਕੋਈ ਲੋਕ ਮੁੱਦਾ ਲੈ ਕੇ ਲੋਕਾਂ ਦੀ ਆਵਾਜ਼ ਬਣ ਕੇ ਜਦੋਂ ਮੈਂ ਉਹਨਾਂ ਕੋਲ ਜਾਵਾਂਗਾ ਮੈਂ ਉਹਨੂੰ ਜਨਤਕ ਵੀ ਕਰਿਆ ਕਰਾਂਗਾ ਕਿ ਮੈਂ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਤੱਕ ਗਿਆ ਸਬੰਧਤ ਵਿਭਾਗਾਂ ਦੇ ਮੁਖੀਆਂ ਤੱਕ ਗਿਆ ਇਹ ਮੇਰੀ ਡਿਊਟੀ ਹੈ ਜੋ ਅਸੀਂ ਕਰ ਰਹੇ ਹਾਂ ਇਹ ਲੋਕਾਂ ਨੂੰ ਦੱਸਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਲੋਕ ਤੁਹਾਡੇ ਤੇ ਕੋਈ ਸਵਾਲ ਨਾ ਕਰਨ ਮੈਂ ਚਾਹੁੰਦਾ ਕਿ ਹਮੇਸ਼ਾ ਮੇਰੇ ਹਲਕੇ ਦੇ ਲੋਕ ਮੈਂ ਉਹਨਾਂ ਨੂੰ ਮਿਲਦਾ ਰਹਾਂਗਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਇਲਾਕੇ ਦੇ ਅੰਦਰ ਮੁੱਖ ਮੁੱਦੇ ਨੇ ਉਹ ਉਭਾਰਨ ਦੇ ਲਈ ਮੇਰਾ ਸਹਿਯੋਗ ਦੇਣ ਔਰ ਮੈਂ 5 ਸਾਲ ਲੋਕਾਂ ਦੀ ਸੇਵਾ ਕਰਦਾ ਰਹਾ ਇਹ ਲੋਕਾਂ ਦੇ ਵਿੱਚ ਤੁਸੀਂ ਵਿਚਰਿਓ ਕੀ ਲੋਕਾਂ ਨੇ ਦੱਸਿਆ ਵੀ ਕਿਹੜੇ ਪੈਲ ਦੇਦਾਰ ਤੇ ਕਿਹੜਾ ਕੰਮ ਹੈ ਕਿਹੜਾ ਤੁਸੀਂ ਪੈਲ ਦੇਦਾਰ ਤੇ ਆਦਮپور ਹਲਕੇ ਦਾ ਕੰਮ ਕੀਤਾ ਜਾਏ ਦੇਖੋ ਆਦਮپور ਹਲਕੇ ਦੇ ਅੰਦਰ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਸਾਡੇ ਇਕਤਾ ਪੁਲ ਦਾ ਕੰਮ ਜਿਹੜਾ ਹੈ ਉਹ ਬੜਾ ਰੁਕਿਆ ਹੋਇਆ ਹੈ ਬੜੀ ਰੁਕੇ ਦੇ ਤੁਰ ਰੁਕਿਆ ਹੋਇਆ ਹੈ ਮੈਂ ਪਿਛਲੇ ਦਿਨੀ ਇਲੈਕਸ਼ਨ ਤੋਂ ਬਾਅਦ ਰਿਜ਼ਲਟ ਤੋਂ ਪਹਿਲਾਂ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਿਆ ਸੀ ਔਰ ਇਸ ਵੇਲੇ ਉਹ ਕੰਮ ਜਿਹੜਾ ਹੈ ਲਗਭਗ ਦੁਬਾਰਾ ਫਿਰ ਉਹ ਤੇਜ਼ੀ ਰਫ਼ਤਾਰ ਨਾਲ ਚੱਲ ਰਿਹਾ ਹੈ ਸੀਵਰੇਜ ਦਾ ਮੁੱਦਾ ਹੈ ਔਰ ਕਾਂਗਰਸ ਪਾਰਟੀ ਦੀ ਜਿਹੜੀ ਮਿਊਸਪੈਲਟੀ ਹੈ ਉਹਦੇ ਪ੍ਰਧਾਨ ਨੇ ਸਾਡੇ 12 ਕਾਉਂਸਲਰ ਨੇ ਉੱਥੇ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰਾਂਗਾ ਉਹਨਾਂ ਨੂੰ ਵੀ ਮਿਲਾਂਗਾ ਕਿ ਸਰਕਾਰ ਦਾ ਜੋ ਪੈਸਾ ਤੁਹਾਡੇ ਕੋਲ ਆਇਆ ਹੈ ਔਰ ਜੋ ਉੱਥੇ ਦੀ ਆਮਦਨ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਉਹ ਲਗਾ ਰਹੇ ਹੈ ਹੋਰ ਵੀ ਚੰਗੀ ਪਾਰਦਰਸ਼ਤਾ ਲਿਆ ਕੇ ਜਿਹੜਾ ਉਹ ਲੋਕਾਂ ਨੂੰ ਸਹੂਲਤਾਂ ਦੇਣ ਸਿਹਤ ਸੇਵਾਵਾਂ ਅਤੇ ਖਾਸ ਕਰਕੇ ਸਕੂਲਾਂ ਦੇ ਚੰਗੇ ਪ੍ਰਬੰਧ ਦੇ ਲਈ ਅਸੀਂ ਯਤਨ ਕਰਾਂਗੇ ਔਰ ਮੈਂ ਹਰ ਇੱਕ ਕੋਲ ਜਾਵਾਂਗਾ ਕਿਉਂਕਿ ਮੇਰੀ ਜ਼ਿੰਮੇਵਾਰੀ ਹੈ ਲੋਕਾਂ ਨੇ ਮੇਰੇ ਮੋਢਿਆਂ ਦੇ ਉੱਤੇ ਬਹੁਤ ਵੱਡਾ ਭਾਰ ਪਾਇਆ ਹੈ ਜੀ ਕੋਈ ਵੀ ਪਾਰਟੀ ਦਾ ਆਗੂ ਹੋਵੇ ਜਿਹਦੀ ਸਰਕਾਰ ਹੈ ਮੇਰੀ ਡਿਊਟੀ ਬਣਦੀ ਉਹਨਾਂ ਕੋਲ ਜਾਣਾ ਮੈਂ ਜਾਵਾਂਗਾ ਥੈਂਕ ਯੂ ਅੱਜ ਸਾਡੇ ਨਾਲ ਕਾਂਗਰਸ ਦੇ ਜੋ ਇਹਨਾਂ ਨੂੰ ਬੜੀ ਭਾਰੀ ਲੀਡ ਦੇ ਵਿੱਚ ਜੋ ਕਾਂਗਰਸ ਆਦਮਪੁਰ ਤੋਂ ਜਿੱਤ ਮਿਲੀ ਹੈ ਜੋ ਹੌਟ ਸੀਟ ਮੰਨੀ ਜਾਂਦੀ ਸੀ ਕਾਲੀ ਦਲ ਦੀ ਉਹ ਅੱਜ ਕਾਂਗਰਸ ਦੇ ਲੋਕਾਂ ਨੇ ਆਦਮਪੁਰ ਦੇ ਲੋਕਾਂ ਨੇ ਕਾਂਗਰਸ ਦੀ ਝੋਲੀ ਦੇ ਵਿੱਚ ਜੋ ਐ ਸੀਟ ਪਾਈ ਹੈ ਕੈਮਰਾਮੈਨ ਦੇਵਰਾਜ ਦੇ ਨਾਲ ਸੋਨੂ ਮਹਾਜਨ ਪੰਜਾਬ ਕੇ ਸੀ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ